biggest South Asian media group, Y Media. ਤਾਂ ਲਾਈਵ ਨੇਸ਼ਨ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਦੁਨੀਆ ਭਰ ਦੇ ਵਿੱਚ ਬਹੁਤ ਬੜੇ ਬੜੇ ਕਾਨਸਰਟਸ ਕਰਦੀ ਹੈਗੀ ਹੈ ਔਰ ਹੋਰ ਬਹੁਤ ਸਾਰੇ ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਇਹਨਾਂ ਦਾ ਬਿਜ਼ਨਸ ਹੈਗਾ। ਲਾਈਵ ਨੇਸ਼ਨ ਨੇ ਅੱਜ ਇੱਕ ਬਹੁਤ ਬੜਾ ਐਲਾਨ ਅੱਜ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕੀਤਾ ਹੈਗਾ। ਲਾਈਵ ਨੇਸ਼ਨ ਨੇ ਕਿਹਾ ਹੈਗਾ ਕਿ ਉਹ ਇੱਕ ਸਟੇਡੀਅਮ ਸਟਾਈਲ ਕਾਨਸਰਟ ਵੈਨਿਊ ਬਣਾਉਣ ਜਾ ਰਹੇ ਨੇ। ਇਹ ਬੜਾ ਵਧੀਆ ਵੈਨਿਊ ਬਣਾਇਆ ਜਾਏਗਾ ਸਾਡੇ ਇੱਥੇ ਟੋਰਾਂਟੋ ਦੇ ਵਿੱਚ। ਇਹਨੂੰ ਨਾਮ ਦਿੱਤਾ ਗਿਆ ਰੋਜਰ ਸਟੇਡੀਅਮ। ਰੋਜਰ ਸਟੇਡੀਅਮ ਜਿਹੜਾ ਹੈ ਅਗਲੇ ਸਾਲ ਜੂਨ 2025 ਦੇ ਵਿੱਚ ਖੁੱਲ ਜਾਏਗਾ। ਸਾਈਟ ਵੀ ਤੁਹਾਨੂੰ ਅਸੀਂ ਦੱਸ ਦਈਏ, ਡਾਊਨਸ ਵਿਊ ਏਅਰਪੋਰਟ ਲੈਂਡ ਜਿਹੜੀਆਂ ਹੈਗੀਆਂ ਉੱਥੇ ਹੋਏਗਾ। ਸੋ ਜਿਹੜਾ ਡਾਊਨਸ ਵਿਊ ਪਾਰਕ ਹੈਗਾ ਬਿਲਕੁਲ ਉਹਦੇ ਨਾਲ। ਸੋ ਇਹ ਇੱਕ ਬਹੁਤ ਬੜਾ ਕਾਨਸਰਟ ਇੱਥੇ ਤੁਸੀਂ ਆਰਗੇਨਾਈਜ਼ ਕਰ ਸਕਦੇ ਹੋ। ਤਕਰੀਬਨ 50,000 ਲੋਕ ਇੱਕ ਟਾਈਮ ਦੇ ਉੱਤੇ ਕਾਨਸਰਟ ਇੰਜੋਇਆ ਕਰਨਗੇ। ਇਹ ਸੀਜ਼ਨਲ ਹੋਏਗਾ ਕਿਉਂਕਿ ਓਪਨ ਏਅਰ ਹੈਗਾ। ਇਹ ਜਿਹੜਾ ਰੋਜਰ ਸਟੇਡੀਅਮ ਬਣਨ ਜਾ ਰਿਹਾ ਓਪਨ ਏਅਰ ਹੈ ਔਰ ਇਹ ਸਿਰਫ ਸਮਰ ਸੀਜ਼ਨ ਦੇ ਵਿੱਚ ਵੀ ਇੱਥੇ ਅਲੱਗ ਅਲੱਗ ਕਾਨਸਰਟ ਹੋਇਆ ਕਰਨਗੇ। ਅੱਜ ਸਵੇਰੇ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਅਲੱਗ ਅਲੱਗ ਕਾਨਸਰਟਸ ਹੋਣਗੇ ਉਹ ਡਿਫਰੈਂਟ ਭਾਈਚਾਰਿਆਂ ਨੂੰ, ਉਹਨਾਂ ਨੇ ਪੰਜਾਬੀ ਭਾਈਚਾਰੇ ਦਾ ਵੀ ਸਪੈਸ਼ਲ ਨਾਮ ਲੈ ਕੇ ਕਿਹਾ ਕਿ ਅਫਰੀਕਨ ਕਮਿਊਨਿਟੀ ਹੈ, ਹੋਰ ਡਿਫਰੈਂਟ ਕਮਿਊਨਿਟੀਜ਼ ਹੈਗੀਆਂ ਔਰ ਪੰਜਾਬੀ ਕਮਿਊਨਿਟੀ ਜਿਹੜੀ ਹੈ, ਕਿਉਂਕਿ ਅਸੀਂ ਤੁਹਾਡੀ ਜਾਣਕਾਰੀ ਦੱਸ ਦਈਏ ਕਿ ਲਾਈਵ ਨੇਸ਼ਨ ਜਿਹੜਾ ਹੈ ਇਹ ਉਹ ਗਰੁੱਪ ਹੈ ਜਿਹੜੇ ਕਿ ਬਹੁਤ ਸਾਰੇ ਹੁਣ ਪੰਜਾਬੀ ਸਿੰਗਰਸ ਦੇ ਵੀ ਬੜੇ ਬੜੇ ਕਾਨਸਰਟ ਜਿਹੜੇ ਉਹ ਇੱਥੇ ਆਯੋਜਿਤ ਕਰਦਾ ਹੈ। ਵਾਈ ਮੀਡੀਆ ਅਸੀਂ ਵੀ ਟੇਕ ਪ੍ਰਾਈਡ ਕੇ ਅਸੀਂ ਇਹਦੇ ਨਾਲ ਜੁੜੇ ਹੋਏ ਹਾਂ ਲਾਈਵ ਨੇਸ਼ਨ ਦੇ ਨਾਲ ਔਰ ਕਾਫੀ ਸਾਰੇ ਜਿਹੜੇ ਕਾਨਸਰਟਸ ਨੇ ਉਹ ਅਸੀਂ ਲਾਈਵ ਨੇਸ਼ਨ ਦੇ ਨਾਲ ਅਸੀਂ ਪ੍ਰਮੋਟ ਕੀਤੇ ਆ ਇੱਥੇ। ਸੋ ਇੱਕ ਬਹੁਤ ਬੜਾ ਕਾਨਸਰਟ ਸਟਾਈਲ ਜਿਹੜਾ ਬਣ ਰਿਹਾ। ਇਹਦੇ ਵਿੱਚ 80 ਤੋਂ 100 ਮਿਲੀਅਨ ਡਾਲਰ ਇਕਨੋਮਿਕ ਮਦਦ ਹੋਏਗੀ। ਇਸ ਐਲਾਨ ਦੇ ਸਮੇਂ ਸਾਡੇ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਸਾਹਿਬ ਉੱਥੇ ਮੌਜੂਦ ਸੀਗੇ, ਸਾਡੇ ਟੂਰਿਜ਼ਮ ਮਿਨਿਸਟਰ ਉੱਥੇ ਮੌਜੂਦ ਸੀਗੇ, ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਔਰ ਹੋਰ ਬਹੁਤ ਸਾਰੇ ਜਿਹੜੇ ਲਾਈਵ ਨੇਸ਼ਨ ਦੇ ਸੀਨੀਅਰ ਐਗਜ਼ੀਕਟਿਵ ਸੀਗੇ ਉਹ ਵੀ ਅੱਜ ਇਸ ਬੜੀ ਅਨਾਊਂਸਮੈਂਟ ਦੇ ਸਮੇਂ ਮੌਜੂਦ ਸੀਗੇ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।